let it bang. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਵਿੱਕੀ ਤੇ ਆ ਗਿਆ ਤੁਹਾਡੇ ਆਪਣੇ ਚੈਨਲ ਵਿੱਕੀ ਸਾਹਿਬ ਵਲੌਗ ਚ। ਦੋਸਤੋ ਅੱਜ ਗੱਲ ਕਰਾਂ ਮੈਂ ਸਾਹਿਬਾ ਤੇ ਹਰਸ਼ਵੀਰ ਜਾ ਰਿਹਾ ਵੈਸਟ ਬੰਗਾਲ ਕੋਲਕਾਤਾ ਘੁੰਮਣ ਤੇ ਇਹਨਾਂ ਨੇ ਲੰਬੇ ਟੂਰ ਤੇ ਚੱਲੇ ਆ ਤੇ ਘੱਟੋ ਘੱਟ 20-25 ਦਿਨ ਦਾ ਟੂਰ ਤਾਂ ਹੋਏਗਾ ਹੀ ਹੋਏਗਾ ਤੇ ਹਜੇ ਆ ਚੱਲੇ ਆ। ਹਰਸ਼ ਇਹ ਦੇਖੋ ਅਭੀ ਹਜੇ ਉਧਰ ਵੇਖ ਰਿਹਾ ਤੇ ਹਜੇ ਇਹਨਾਂ ਨੂੰ ਚੜਾਣ ਜਾਵਾਂਗੇ ਤੇ ਹਜੇ ਚੱਲਦੇ ਆ ਆਪਾਂ ਤੇ ਹਜੇ ਮੈਂ ਦਿਖਾਉਂਦਾ ਕੀ ਇਹਨਾਂ ਦੀ ਤਿਆਰੀਆਂ ਹੋ ਗਈਆਂ, ਪੈਕਿੰਗ ਵੈਕਿੰਗ ਹੋ ਗਈ ਸਾਰੀ। ਇਹ ਵੇਖੋ ਸਾਰਾ ਲਗੇਜ ਹੋ ਗਿਆ ਤਿਆਰ ਤੇ ਆ ਵੀ ਤਿਆਰ ਹੋ ਗਈਆਂ ਤੇ ਦੀਦੀ ਨੀ ਜਾ ਰਹੇ, ਮੰਮੀ ਜਾਊਗੇ, ਸਾਹਿਬਾ ਜਾ ਰਹੇ ਆ ਤੇ ਪਾਪਾ ਜਾ ਰਹੇ ਆ ਤੇ ਪਾਪਾ ਹਜੇ ਟਾਈਮ ਹੋਇਆ 6:15 ਤੇ ਟ੍ਰੇਨ ਹੈਗੀ ਆ 8 ਵਜੇ ਦੇ ਕਰੀਬ ਔਰ ਤਿਆਰੀਆਂ। ਇਹ ਦੇਖੋ ਪੈਕਿੰਗ ਵੈਕਿੰਗ ਕਿੰਨੇ ਜ਼ਿਆਦਾ ਲਗੇਜ ਬਹੁਤ ਜ਼ਿਆਦਾ। ਘੱਟੋ ਘੱਟ 20 ਦਿਨਾਂ ਬਾਅਦ ਹੀ ਆਓਗੇ ਘੁੰਮਣ ਚੱਲੇ ਆ ਤੇ ਸਾਨੂੰ ਛੱਡ ਕੇ ਦੀਦੀ ਤੇ ਮੈਨੂੰ ਹਨਾ ਕੱਲੇ ਕੱਲੇ ਵੇਸਟ ਬੰਗਾਲ। ਚਲੋ ਯਾਦ ਆਊਗੀ ਪਾਪਾ ਦੀ, ਪੂਆ ਤੇ ਪਾਪਾ ਦੀ ਯਾਦ ਆਊਗੀ। ਇਹ ਤਾਂ ਘੁੰਮੀ ਕਰ ਆਊਗਾ, ਯਾਦ ਆਊਗੀ ਪਾਪਾ ਦੀ? ਦੱਸ ਛੇਤੀ ਦੱਸ। ਤੇ ਹਜੇ ਅਸੀਂ ਚੜਾਣ ਜਾ ਰਹੇ ਆ ਤੇ ਚੜਾ ਕੇ ਵੇਖਦੇ ਆ ਟ੍ਰੇਨ ਹੈਗੀ ਪੰਜਾਬ ਮੇਲ ਜੋ ਅੰਮ੍ਰਿਤਸਰ ਤੋਂ ਹਾਵੜਾ ਜਾਂਦੀ ਹੈ ਤੇ ਉਹਨੇ ਉਹ ਟ੍ਰੇਨ ਦਾ ਟਾਈਮ ਹੈਗਾ 8 ਵਜੇ ਤੇ ਹਜੇ ਅਸੀਂ ਛੇਤੀ ਨਿਕਲ ਜਾਂਗੇ ਕਿਉਂਕਿ ਟ੍ਰੇਨ ਦਾ ਅਸੀਂ ਵੇਟ ਕਰਨਾ, ਟ੍ਰੇਨ ਨੇ ਸਾਡਾ ਨੀ ਤੇ ਅਸੀਂ ਛੇਤੀ ਜਾਂਦੇ ਆ। ਲਗੇਜ ਬਹੁਤ ਜ਼ਿਆਦਾ ਹੋ ਗਿਆ, ਚਲੋ ਜਾ ਕੇ ਵਿਖਾਉਂਦੇ ਬਾਕੀ। ਸੋ ਗਾਈਸ ਆਟੋ ਆ ਗਿਆ ਇਹਨਾਂ ਦਾ, ਇਨਕਾ ਆਟੋ ਆ ਗਿਆ ਤੋ ਦਿਖਾਤਾ ਹੂੰ ਆਪਕੋ, ਇਸ ਆਟੋ ਮੇ ਜਾਏਂਗੇ। ਯੇ ਆਟੋ ਆ ਗਿਆ ਔਰ ਅਭੀ ਚਲੋ ਚਲਤੇ ਹੈ, ਸਮਾਨ ਸਮੂਨ ਦੇਖਤੇ ਹੈ ਇਨਕਾ ਕਿਆ ਹਾਲ ਹੈ। ਚਲੋ ਚਲੀਏ, ਰੇਡੀ ਆ, ਬੂਟ ਪਾ ਲਾ, ਠੀਕ ਹੈ, ਠੰਡ ਨੀ ਲੱਗੂਗੀ। ਚਲੋ ਸਮਾਨ ਰੱਖੀ। ਔਰ ਹਰਸ਼ ਜਾ ਰਿਹਾ ਪੁੱਤੂ, ਕਿਵੇਂ ਲੱਗ ਰਿਹਾ? ਤੈਨੂੰ ਤਾਂ ਪਤਾ ਹੀ ਲੱਗ ਰਿਹਾ। ਓ ਦੇਖੋ ਮੱਛਲ ਰਿਹਾ। ਚਲ ਦੀਦੀ ਵੀ ਜਾ ਰਹੀ ਹੈ, ਅਭੀ ਛੋੜਨੇ ਹੈ ਦੀਦੀ ਕੋ ਮਨਾ ਲਿਆ ਔਰ ਮੰਮੀ ਲੋਕ ਰੇਡੀ। ਚਲੋ ਸਮਾਨ ਰੱਖਤੇ ਅਭੀ ਹਨਾ, ਚਲੋ ਸਮਾਨ ਰੱਖੀਏ। ਚਲੋ ਜੀ ਸਮਾਨ ਲੈ ਕੇ ਚਲੇ, ਇਹ ਲੈ ਲੋ ਬੈਗ। ਤੋ ਸਾਹਿਬਾ ਕੈਸਾ ਲੱਗ ਰਿਹਾ ਹੈ ਜਾ ਰਹੇ ਹੋ ਮੁਝੇ ਛੋੜ ਕੇ? ਇਤਨੇ ਦਿਨੋਂ ਕੇ ਲਈ ਕਾਫੀ ਦਿਨੋਂ ਕੇ ਲਈ ਜਾ ਰਹੀ ਹੈ ਤੋ ਅਭੀ ਦਿਖਾਤੇ। ਚਲੋ ਜੀ ਸਟੇਸ਼ਨ ਚਲਤੇ ਹੈ, ਅਭੀ ਟ੍ਰੇਨ ਮੇ ਚੜਾਏਂਗੇ। ਔਰ ਖਾਵਾ, ਇਹ ਦੇਖੋ ਹਰਸ਼ ਕਿਵੇਂ ਦਾ। ਹਰਸ਼ ਕਿੱਥੇ ਚੱਲਿਆ ਪੁੱਤੂ? ਘੁੰਮੀ ਕੰਨ ਚੱਲਿਆ ਵਾ। ਓ ਹਾਂ, ਉੱਪਰ ਮੈਂ ਲਾਤਾ ਸੀਗਾ, ਉੱਤੇ ਲਾਤਾ ਮੈਂ। ਹਾਂ ਹਰਸ਼ੂ ਰੇਡੀਓ ਇਹਨੂੰ ਪੈਕ ਕਰ ਦੋ ਦੀਦੀ ਚੰਗੀ ਤਰ੍ਹਾਂ, ਹਨਾ ਠੰਡ ਨਾ ਲੱਗੇ। ਉਦੋਂ ਸਮਾਨ ਵਗੈਰਾ ਪੈਕ ਹੋ ਗਿਆ ਵਾ ਤੇ ਆਪਾਂ ਚੱਲੀਏ ਹੁਣ ਸਟੇਸ਼ਨ। ਸਟੇਸ਼ਨ ਵਿਖਾਉਂਦੇ ਆ ਤੁਹਾਨੂੰ ਗੱਡੀਆਂ, ਘੂ ਗੱਡੀ, ਰੇਲਵੇ, ਰੇਲ ਗੱਡੀ। ਇਹ ਦੇਖੋ ਬਾਬੂ ਵੀ ਚੱਲਿਆ, ਆ ਜਾਓ। ਇਹ ਦੇਖੋ ਹਰਸ ਜਾ ਰਿਹਾ ਹੈ। ਹਰਸ ਚੱਲਿਆ ਤੂੰ ਕੀ ਵੇਖ ਰਿਹਾ? ਗੱਡੀ ਵੇਖ ਰਿਹਾ, ਗੱਡੀ ਆ ਰਹੀ ਕਿ ਨਹੀਂ ਆ ਰਹੀ ਹੈ? ਗੱਡੀ ਚ ਜਾਣਾ ਤੂੰ? ਸੋ ਰੇਡੀ ਤੁਸੀਂ ਲੋਕੀ ਜਾਣ ਨੂੰ ਜਾਣੇ ਕੋ ਰੇਡੀ ਹੋ? ਆਪ ਕਹਾਂ ਜਾ ਰਹੇ ਹੋ? ਆਪ ਥੋੜੀ ਜਾ ਰਹੇ ਹੋ, ਇਹ ਲੋਕ ਜਾ ਰਹੇ। ਸਮਾਨ ਦੇਖੋ ਇਨਕਾ ਕਿਤਨਾ ਜ਼ਿਆਦਾ, ਓਹੋ ਤੋ ਮਨ ਲੱਗੇਗਾ ਮੇਰੇ ਬਗੈਰ। ਉਪਰ ਮਨ ਸੇ ਬੋਲ ਰਹੀ ਹਾਂ। ਇਹ ਦੇਖੋ ਹਰਸ਼, ਹਰਸ਼ ਕੀ ਹੋਇਆ ਬਿੱਟੂ? ਕੀ ਵੇਖ ਲਿਆ ਬਿੱਟੂ? ਕੀ ਵੇਖੀ ਵੇਖੀ ਕਰ ਰਿਹਾ? ਘੁੰਮੀ ਕੰਨ ਚੱਲਿਆ। ਓਹੋ ਇਹ ਹੈ ਰੇਲਵੇ ਸਟੇਸ਼ਨ ਆਫ ਜਲੰਧਰ ਕੈਂਟ ਤੇ ਇੱਥੋਂ ਮੈਕਸੀਮਮ ਟ੍ਰੇਨਾਂ ਇੱਧਰੋਂ
जानी वहां बिकॉज दिस इज अ जंक्शन और जिन्हें भी जम्मू की ट्रेन जाती है वो सारिया स्टॉपेज इतने लेंदियां और मैक्सिमम ट्रेन इधरों गुजरदियां और ज्यादातर मतलब बोलिया जाए तो इधरों जम्मू नू जिहड़ी कट कर दी ट्रेन तो रात के टाइम रात तो लेके 9 बजे तो लेके 3 to 4 बजे तक मॉर्निंग अनलिमिटेड ट्रेन है मतलब जलंधर सिटी नू नहीं है और मॉर्निंग के टाइम अगर बोला तो मैं अमृतसर के लिए ज्यादा ट्रेन वा इतने उन्नीस ट्रेन नहीं होंगे। हर्षो ये देखो हर्ष कहता कि मैं ना पहला ना तोड़ना वा ये देखो ता करके ना तुर रहा उन्हें चाह नहीं स्टेशन च भी वो कहता मैनू नीचे धार दो मैं तोड़ना वा मैं नहीं गुदी रहना ये देखो तुरी तुरी कर रहा ये देखो हाँ हर्ष आ जा कित्थे जाना अरे वाह वेरी गुड वेरी गुड पानिया गिल्ली गिल्ला हो जाएगा जुत्ती भी घूम गई आए थे दीदी जुत्ती चंगी तरह खुल गई है अरे हाँ जुत्ती खुल गई है। सो गाइज मैं थोड़ा एक ट्रेन विखाता है वंदे भारत एक्सप्रेस जो मतलब कि फास्टेस्ट ट्रेन ऑफ इंडिया है ते इतने स्टॉपेज नहीं है बट ये ट्रेन मतलब कि इधरों कटरा तो लेके न्यू दिल्ली जाती है ये एक्सपेक्टेड टाइम है तो अचानक मैं स्टेशन तो मैं सोचा तो ला दी वीडियो शूट कर ली है एक ऑटोमैटिक डोर आ सारे के सारे ये ट्रेन लुकिंग वेखो आदि बहुत प्यारी है कटरा तो आती है नॉन स्टॉप गड्डी है ये वाली तो खाली है कोच ये वाले तो खाली पड़े हैं ना पूरे के पूरे बाकी इकोनॉमी है ये वाले वो है ना बिजनेस बिजनेस में दो दो सीटें हैं ना इसकी ये बिजनेस है इसका ये वो टेक्निकल स्टॉपेज है दीदी टेक्निकल स्टॉपेज है ना। सो गाइस अभी ट्रेन आने वाली है और अनाउंसमेंट हो जाएगी थोड़ी देर में प्लेटफॉर्म का वो आ गया नंबर्स आ गए तो जैसे ट्रेन आती है आपको दिखाते हैं। हम आ गए सामान सामून लेके ये तो लगेज वगैरह कितने ज्यादा साथ लग गए और अभी चल रहे हैं हाँ देख रहे हैं जो ऊंचे हुई तो फिर थोड़ा आगे वाले ऊंचे दरवाजे चला लेंगे दोस्तों। साहिबा का इसका फेस चेक करो रो तो नहीं रही हो रोना तो नहीं आ रहा तुम्हें मुझे छोड़ के जा रहे हो घूमने करने जा रही है तो ड्रोन वर्ग का फेस कंट्रोल कर रही हर्ष और फिर कुछ सारे हर्ष मोंकी टोपी पाके कि लग रहा है हर्ष कितने चले पुतो तुम्हें कल वो छोटे बच्चे वेख रहे छोटे बच्चे ये देखो तो चलो इन्हें चढ़ाने फिर थानू दिखाने सारा सारा इसको तो ये इसमें बैठा के ले जाओ है इसमें बैठा के ले जाओ आदित्य बैठा के ले जाओ लगे चलो बस चलो जल्दी चलो जल्दी
उधर से चढ़ जाना तुम लोग लागे हो गया सी हो गई बह गए बाय 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 लव यू बाय 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 बोतल बाबू का बोतल चला गया बाबू किन्नी जल्दी जल्दी किता ताई चढ़ पाए ताई चढ़ पाए तो चले गए हैं बोलो माने खराब हो गया चलो अभी जल्दी जल्दी चढ़ाया उन्हें और जल्दी जल्दी हम लोग चढ़ के अभी गए हुए हैं और लेट हो जाते मतलब लेट के आगे इधर उधर कोच होता तो चढ़ाना मुश्किल होता पर एकदम बगल में था तो इसलिए जल्दी जल्दी चढ़ा के हम लोग निकल गए। अब चलो चढ़ गए वो लोग।